ਗੱਲਾਂ ਬਾਤਾਂ ਸੁਣਾ ਦਿਓ ਫਿਰ, ਇਹੀ ਹੋ ਸਕਦਾ। ਠੀਕ ਆਹੋ, ਤੁਹਾਡੀਆਂ ਗੱਲਾਂ ਰਿਕਾਰਡ ਕਰੀਏ ਅਤੇ ਇੱਥੇ ਚੜਾਈਏ ਫਿਰ ਇੰਟਰਨੈਟ 'ਤੇ। ਗੱਲਾਂ ਕਾਹਲੀਆਂ ਨੇ ਨਹੀਂ, ਇਹ ਸ਼ੱਕਰਕੰਦੀ ਤਾਂ ਹੁਣ ਮੈਨੂੰ ਦੱਸੋ ਨਾ ਕਦੋਂ ਲਾਣੀ ਹੈ ਅਤੇ ਕਦੋਂ। ਸ਼ੱਕਰਕੰਦੀ ਜਿਹੜੀ ਹੁਣ ਮਤਲਬ ਲੱਗਣੀ ਆ ਨਾ, ਉਹਦਾ ਤਾਂ ਹੈ ਨਾ ਹੁਣ ਉਹ ਸਾਲ ਤੁਰ ਪਏਗੀ, ਅੱਛਾ, ਅਤੇ ਫੱਗਣ 'ਚ ਉਹਦੀਆਂ ਜਿਹੜੀ ਆ ਨਾ ਕੱਟ ਕੇ, ਅਤੇ ਜਿਵੇਂ ਮਤਲਬ ਸੰਮੇ ਲਾਈਦੇ ਨੇ ਨਾ, ਇਸ ਤਰ੍ਹਾਂ ਉਹ ਗੰਢਾਂ ਲਾਉਣੀਆਂ ਨੇ ਇੰਝ ਖੜੀ ਕਰਕੇ, ਜਿਵੇਂ ਨਾਪੀਏ ਦੇ ਨਹੀਂ ਬਿਲਕੁਲ ਸੰਮੇ ਲੱਗਦੇ, ਬਿਲਕੁਲ ਇਸ ਤਰ੍ਹਾਂ ਸਿੱਧੀਆਂ ਖੜੀਆਂ ਲਾਉਣੀਆਂ ਨੇ ਗੇਠ ਗੇਠ ਦੇ ਫੱਗਣ ਚ ਫੁੱਟ ਲੱਗਣ, ਫੁੱਟ ਦੇ ਵਾਏ ਇੱਥੇ, ਫੱਗਣ ਤੇ ਚੇਤਰ ਤੇ ਇਹ ਉਹਨੂੰ ਪਾਣੀ ਅਗਰ ਲਾਈ ਜਾਓ ਤੇ ਉਹ ਤੁਹਾਡੀ ਮਤਲਬ ਹਾੜ੍ਹ 'ਚ ਤਿਆਰ ਹੋ ਜਾਣੀ ਆ। 5 ਮਹੀਨਿਆਂ 'ਚ ਫੱਗਣ ਦੀ ਲੱਗੀ, ਫੱਗਣ ਚੇਤਰ ਚੇਤਰ ਵਿਸਾਖ ਤੇ ਵਿਸਾਖ ਜੇਠ, 3 ਮਹੀਨਿਆਂ ਦੀ, ਜੇਠ 3 ਮਹੀਨੇ ਹਾੜ੍ਹ 'ਚ ਚੌਥੇ 5ਵੇਂ ਮਹੀਨੇ 'ਚ ਹੀ ਜਾ ਪਹੁੰਚਦੀ ਹੈ। ਪੁੱਟਣ ਨੂੰ ਭਾਵੇਂ ਉਹ ਜੇਠ 'ਚ ਪੁੱਟ ਲਵੇ ਤੇ ਫਿਰ ਵੀ 3-4 ਮਹੀਨਿਆਂ ਦੀ ਆ ਫਸਲ। ਚਲੋ ਠੀਕ ਹੈ, 4 ਅੱਛਾ, ਮਹੀਨੇ ਜੇਠ 'ਚ ਅਗਰ ਤਿਆਰ ਹੋ ਜਾਂਦੀ ਹਾੜ੍ਹ 'ਚ ਫਿਰ ਲੱਗ ਤੇ ਜਾਂਦੀ ਹੈ। ਜਿਹੜੀ ਹਾੜ੍ਹ 'ਚ ਲੱਗਣੀ ਆ ਨਾ, ਉਹ ਤੁਹਾਡੀ ਅੱਲਾ ਭਲਾ ਕਰੇ ਸਾਉਣ ਭਾਦਰੋਂ ਮਤਲਬ ਤਿਆਰ ਹੋਣੀ ਆ। ਨਹੀਂ, ਜਿਹੜੀ ਇਹ ਦੱਸੋ ਅੱਸੂ ਕੱਤੇ ਦੇ ਵਿੱਚ ਇਹ ਜਿਹੜੀ ਫਸਲ ਫੱਗਣ 'ਚ ਲੱਗਣੀ ਹੈ, ਇਹ ਜਦੋਂ ਤਿਆਰ ਹੋਣੀ ਹੈ ਉਹਦੀਆਂ ਉੱਤੋਂ ਟਹਿਣੀਆਂ ਕੱਟ ਕੇ ਲਾ ਲਈਏ, ਉਹਦੀ ਲੱਗ ਜਾਣੀਆਂ ਨੇ, ਉਹੀ ਲੱਗਦੀ ਹੈ। ਅਤੇ ਇਹ ਜਿਹੜਾ ਅਸੀਂ ਲਾਇਆ ਸੀ ਇਹਨੇ ਥੱਲੇ ਕਿਉਂ ਨਹੀਂ ਬਣਾਈ? ਇਹ ਤੁਸੀਂ ਹਾੜ੍ਹ 'ਚ ਲਾਈ ਸੀ, ਇਹ ਪਤਾ ਨਹੀਂ ਕਦੋਂ ਦੀ ਲੱਗੀ ਦੀ ਹੈ, ਤੇ ਬਹੁਤ ਸੀਜ਼ਨ ਲੰਘ ਗਿਆ। ਇਹ ਤੇ ਉਂਝੀ ਲਾ ਰਹੀ ਹੈ ਨਾ, ਬੀ ਵਾਲੀ ਲਾ ਰਹੀ ਆ, ਇਹ ਨਹੀਂ ਨਾ ਪਤਾ ਵੀ ਤੁਸੀਂ ਹੁਣ ਕੱਟ ਕੇ ਲਾਈ ਆ ਕਿ ਜਾਂ ਆਪਣਾ ਗੰਢੀਆਂ ਲਾਈਆਂ ਨੇ। ਜਿਹੜੀ ਗੰਢੀ ਲਾਣੀ ਆ ਨਾ, ਉਹਦਾ ਬੀ ਬਣਨਾ। ਤੇ ਅੱਛਾ, ਉਹ ਬੀ ਬਣਨਾ ਅੱਗੇ ਵੱਲ ਗਈ, ਅੱਗੇ ਉਹਨੇ ਫਿਰ ਨਹੀਂ ਜੜ ਬਣਾਈ, ਉਹ ਵੱਲ ਜੜ ਬਣਾਈ ਤੇ ਉਹ ਫਿਰ ਉਹਨੂੰ ਤੇ ਵਾਲੀ ਬਣਨੀ ਆ, ਉਹਦੀ ਵਾਲੀ ਬਣਨੀ ਆ, ਵਾਲੀ ਉਹਦੇ ਬਣਨੀ, ਥੱਲੇ ਸ਼ਕਰਕੰਦੀ ਨਹੀਂ ਥੱਲੇ ਲੱਗਣੀ, ਸ਼ਕਰਕੰਦੀ ਉਹਨੂੰ ਲੱਗਣੀ ਆ ਜਿਹੜੀ ਉਹ ਸੰਮਾ ਟੁੱਕ ਕੇ ਨਾ, ਹਾਂਜੀ, ਤੇ ਗੰਢ ਖੇਲਾਂ ਕੱਢ ਕੇ ਉਹਦੇ ਸੈਂਟਰ 'ਚ ਮਤਲਬ ਲਾਉਣੀ ਆ, ਅੱਛਾ, ਖੇਲ ਦੇ ਸੈਂਟਰ 'ਚ, ਕਿਉਂਕਿ ਇਹ ਫਿਰ ਮੁੜ ਕੇ ਜਦੋਂ ਥੱਲੇ ਉਹ ਪਾੜਦੀ ਆ ਨਾ, ਇਹਨੂੰ ਖੁਰਾਕ ਚਾਹੀਦੀ ਆ ਮਿੱਟੀ ਸਾਈਡਾਂ 'ਤੇ ਹੋਏ, ਜਿਵੇਂ ਆਲੂ ਲੱਗਦੇ, ਸਹੀ ਸਹੀ ਸਹੀ, ਖੇਲ ਦੇ ਸੈਂਟਰ 'ਚ ਲਾਉਣੀ ਆ ਤਾਂ ਉਹਨੂੰ ਖੜੀ ਕਰਦੀ। ਇਹ ਹੁਣ ਜਿਹੜੀ ਵੱਲ ਹੈ ਸਾਡੀ, ਇਹਨੂੰ ਰਹਿਣ ਦਿੰਦੇ ਆ ਨਾ, ਤੇ ਇਹਨੂੰ ਫਿਰ ਜਾ ਕੇ ਫੱਗਣ 'ਚ ਲਾ ਚਲਾ ਦਿਓ, ਇਹ ਤੁਹਾਡੀ ਮਤਲਬ ਹਾਰ ਇੱਧਰ ਆਪਣੇ ਇਲਾਕੇ 'ਚ ਹੋਰ ਤੇ ਕੋਈ ਨਹੀਂ ਲਾਉਂਦਾ ਸ਼ਕਰ, ਪਾਣੀ ਰੋੜਾ ਇਹਨੂੰ ਦਿੰਦੇ ਰਹੋਗੇ ਤੇ ਸ਼ਕਰਗੰਦੀ ਤੇ ਕੋਈ ਨਹੀਂ ਲਾਉਂਦਾ ਇੱਥੇ, ਸ਼ਕਰਗੰਦੀ ਆ ਇੱਥੇ ਲਾਉਂਦੇ ਹਨ ਮੀਂਹ ਵਾਲੀ, ਜੋ ਬਾਗ ਦੇ ਵਿੱਚ ਮਰੂਦਾਂ ਕੋਲ ਹੁੰਦੀ ਹੈ, ਹੁਣ ਨਹੀਂ ਲੱਗਦੀ, ਕਦੇ ਮੈਂ ਗਿਆ ਹੀ ਨਹੀਂ ਜੀ ਉੱਧਰ, ਵੇਖਿਆ ਹੀ ਨਹੀਂ। ਅੱਛਾ ਚਲੋ, ਤੇ ਤੁਸੀਂ ਅੱਗੇ ਲਾਉਂਦੇ ਰਹੇ ਹੋ? ਹਾਂਜੀ, ਸਾਲ 'ਚ ਦੋ ਉਹ ਇਹ ਅਸੀਂ ਜੇ ਲਾਉਂਦੇ ਲਾਈ ਸੀ ਨਾ ਜਦੋਂ ਪਹਿਲੀ ਵਾਰਾਂ, ਮੁੜ ਕੇ ਤਾਂ ਅਸੀਂ ਆਪਣਾ ਹੀ ਬਣਾ ਲੈਂਦੇ ਰਹੇ ਹਾਂ ਬੀਜ, ਪਹਿਲੀ ਵਾਰਾਂ ਜਦੋਂ ਲਾਈ ਸੀ ਅਸੀਂ ਉੱਥੋਂ ਆਲਮਿਆਂ ਨੇ ਲਿਆਂਦੀਆਂ ਨੇ ਵੱਲਾਂ, ਅੱਛਾ, ਉਹ ਵੱਲਾਂ ਮਤਲਬ ਲਾਈ ਸੀ, ਅਤੇ ਬਾਅਦ ਦੇ ਵਿੱਚ ਫਿਰ ਉਹ ਜਿਹੜੀ ਬਰੀਕ ਹੁੰਦੀ ਸੀ ਨਾ ਉਹ ਲਾਹੜੀ ਦੀ ਸੀ, ਉਹ ਉੱਗ ਪੈਂਦੀ ਸੀ, ਵੱਲਾਂ ਜਦੋਂ ਤਿਆਰ ਹੋ ਜਾਂਦੀਆਂ ਹਨ ਉਦੋਂ ਫਿਰ ਉਹਨਾਂ ਨੂੰ ਥੱਲਿਓਂ ਕੱਟ ਕੱਟ ਕੇ ਅਤੇ ਉਹਨਾਂ ਦੇ ਸਮੇਂ ਬਣਾਈ ਜਾਣੇ ਨੇ, ਜਿਵੇਂ ਪੈਲੀ ਮਤਲਬ ਤਿਆਰ ਕਰਕੇ ਖਿਲਾਂ ਕੱਢ ਲੈਣੀਆਂ ਨੇ, ਅਤੇ ਨਾਲ ਹੀ ਲਾਈ ਆਉਣੀ ਆ, ਅਤੇ ਨਾਲ ਹੀ ਮਗਰੋਂ ਪਾਉਣੀ ਲਾ ਦੇ ਨੂੰ ਤਾਜ਼ੀ ਤਾਜ਼ੀ। ਸਹੀ, ਚਲੋ ਥੋੜ੍ਹੀ ਜਿਹੀ ਬੰਦਾ ਕਨਾਲ ਦੋ ਕਨਾਲ ਨਹੀਂ ਲਾਏ, ਬਹੁਤੀ ਨਾ ਲਾਏ, 10 ਮਰਲੇ ਲਾ ਲਏ, 10 ਮਰਲੇ ਲਾ ਲਏ, 10 ਮਰਲੇ ਤੇ ਸਾਲ 'ਚ ਦੋ ਵਾਰੀ ਫਸਲ ਲਈ ਜਾ ਸਕਦੀ ਹੈ। ਹੁਣ ਇਹ ਆ ਨਾ ਅੱਗੋਂ ਕੱਕਰਾਂ ਦਾ ਡਰ ਆ ਨਾ, ਕੱਕਰ ਫਿਰ ਪੈਣ 'ਤੇ ਸੜ ਜਾਂਦੀ ਆ, ਦੋਵਾਂ ਵਾਲਾ ਹਿਸਾਬ ਆ ਨਾ, ਜਿਵੇਂ ਕੱਕੜ ਸਿਆਲ 'ਚ ਪੈਣ 'ਤੇ ਵੇਖੀ ਉਹ ਜਿੱਡੀ ਮਰਜ਼ੀ ਆ ਵੱਲ ਹੋਏ ਇਸ ਤਰ੍ਹਾਂ ਹੀ ਮੁੱਕ ਮੱਕ ਜਾਂਦੀ ਹੈ, ਇਹਦੇ ਸ਼ੱਕਰ ਜਾਂਦੀ ਤਾਂ ਵੀ ਇਹੋ ਹਿਸਾਬ ਆ, ਵੱਲ ਉੱਤੋਂ ਸੁੱਕ ਜੇ ਤਾਂ ਫਿਰ ਥੱਲਿਓਂ ਬਣਨੀ, ਤਾਂ ਹਰ ਵੱਲ 'ਤੇ ਤਾਕਤ ਨਾਲ ਹੀ ਹੁੰਦੀ ਹੈ ਨਾ, ਬੱਚਾ ਥੱਲੇ ਬਣਨਾ ਹੁੰਦਾ, ਆਲੂ ਵੀ ਸੜ ਜਾਣ ਤੇ ਉਹ ਥੱਲੇ ਫਿਰ ਕਿਦੋਂ ਨਿਕਲਦੇ ਨੇ। ਤੇ ਇਹ ਹੁਣ ਕੀ ਉਹਨੂੰ ਕਹਿੰਦੇ ਨੇ, ਆਲੂ ਹੁਣ ਸਪਰੇ ਲਾ ਲਈਏ? ਆਹੋ, ਆਲੂ ਹੁਣ ਅੱਗੇ ਪਿਛੇਤਰ ਹੋਣ ਦੇ ਹੀ ਆ, ਬਾਰਿਸ਼ ਨਹੀਂ ਜਾਣ ਛੱਡੀ, ਮੈਂ ਤੇ ਘਰ ਗਮਲੇ ਜਿਹੜੇ ਲਾਣੇ ਸਨ ਮਿੱਟੀ ਨਹੀਂ ਸੀ ਸੁੱਕਣ ਡਈ, ਮਿੱਟੀ ਖੜ ਕੇ ਤੇ ਗਮਲੇ ਚ ਲਾ ਸਕਾਂ, ਹੁਣ ਮੈਂ ਇਸ ਲਈ ਅੱਜ ਗੱਡੀ 'ਤੇ ਆਇਆ ਨਾ, ਅਤੇ ਉਹ ਹੁਣ ਕੱਲ੍ਹ ਤੋੜੇ ਅੱਧੇ ਅੱਧੇ ਮਿੱਟੀ ਦੇ ਵੀ ਅਤੇ ਖਾਦ ਦੇ ਵੀ ਭਰਨੇ ਨੇ, ਕੱਲ੍ਹ ਪਰਸੋਂ ਥੋੜ੍ਹੇ ਥੋੜ੍ਹੇ ਕਰਕੇ ਨਾ ਦੋ ਦੋ ਚਾਰ ਚਾਰ ਉਹ ਭਰ ਕੇ ਗੱਡੀ 'ਚ ਰੱਖਾਂਗਾ, ਜਾਂਦੇ ਲੈ ਜਾਵਾਂਗਾ, ਉਹ ਘਰ ਗਮਲਿਆਂ 'ਚ ਵੀ ਆਲੂ ਲਾਉਣੇ ਨੇ, ਉਹ
ਮੈਂ ਇਰਾਦਾ ਹੈ ਮੇਰਾ ਬੀਜ ਸਵੇਰੇ ਕਿੱਥੋਂ ਕੰਜਰੂ ਨਾ ਲਾਈ ਹੈ ਓਹਨੂੰ ਤੇ ਕੱਟ ਕੇ ਵੱਡੇ ਨੂੰ ਕੱਟ ਕੇ ਲਾ ਲਾ ਚਲੋ ਜੀ ਕੱਲ ਵੇਖਦੇ ਹਾਂ। ਆਸਫ ਕਹਿੰਦਾ ਸੀ ਉਹਨੂੰ ਕਹਿ ਸਵੇਰੇ ਆ ਜਾ ਅਤੇ ਜਾ ਕੇ ਅਤੇ ਲਿਆਈਏ ਬੀ ਸਵੇਰੇ ਉਹਨੂੰ ਪੁੱਛਦੇ ਹਾਂ। ਮੂਡ ਉਹਦਾ ਸਵੇਰੇ ਕੁਛ ਹੁੰਦਾ ਸ਼ਾਮ ਕੁਛ ਹੁੰਦਾ, ਹੁਣ ਪਤਾ ਨਹੀਂ ਉਹਨੇ ਕੀ ਕਰਨਾ।